ਕੈਨੇਡਾ ਦਾ ਸੂਬਾ ਬ੍ਰਿਟਿਸ਼ ਕੋਲੰਬੀਆ ਅਤੇ ਇਹਦਾ ਸ਼ਹਿਰ ਸਰੀ। ਸਰੀ ਦੇ ਵਿੱਚ ਸਕਾਈ ਟ੍ਰੇਨ ਇੱਕ ਬਹੁਤ ਮਹੱਤਵਪੂਰਨ ਆਵਾਜਾਈ ਦਾ ਸਾਧਨ ਆ, ਅਤੇ ਇਸ ਸਾਧਨ ਦੇ ਵਿੱਚ ਕਿੰਗ ਜੋਰਜ ਸਟੇਸ਼ਨ ਇੱਕ ਬਹੁਤ ਮਹੱਤਵਪੂਰਨ ਸਟੇਸ਼ਨ ਆ। ਸ਼ਨੀਵਾਰ ਤੋਂ ਯਾਨੀ ਕਿ 27 ਅਪ੍ਰੈਲ ਤੋਂ ਕਿੰਗ ਜੋਰਜ ਸਕਾਈ ਟ੍ਰੇਨ ਸਟੇਸ਼ਨ ਬੰਦ ਕਰ ਦਿੱਤਾ ਗਿਆ ਲਗਭਗ 6 ਹਫ਼ਤਿਆਂ ਦੇ ਲਈ। ਸੋ ਹੋ ਤਾਂ ਸ਼ਨੀਵਾਰ ਤੋਂ ਬੰਦ ਚੁੱਕਾ, ਸੋ ਅੱਜ ਪਹਿਲਾ ਵੀਕਡੇ ਸੀਗਾ ਜਦੋਂ ਇਹ ਬੰਦ ਹੋਇਆ ਆ, ਅਤੇ ਇਹਦੇ ਵਿੱਚ ਕੋਈ ਜਿਹੜੇ ਜ਼ਰੂਰੀ ਕੁਛ ਮੇਨਟੇਨੈਂਸ ਦਾ ਕੰਮ ਹੋਣ ਵਾਲਾ ਆ, ਅਤੇ ਇਸ ਸਮੇਂ ਦੇ ਦੌਰਾਨ ਜਿਹੜੀ ਸਕਾਈ ਟ੍ਰੇਨ ਸਰਵਿਸਿਜ਼ ਆ ਉਹ ਕਿੰਗ ਜੋਰਜ ਸਟੇਸ਼ਨ ਤੱਕ ਨਹੀਂ ਆਉਣਗੀਆਂ। ਅੱਜ ਸਵੇਰੇ ਕਾਫੀ ਲੋਕ ਕਿੰਗ ਜੋਰਜ ਸਟੇਸ਼ਨ ਦੇ ਉੱਤੇ ਪਹੁੰਚੇ ਸੀ ਜਿਨ੍ਹਾਂ ਨੂੰ ਇਹਦੇ ਬਾਰੇ ਪਤਾ ਨਹੀਂ ਸੀ ਕਿ ਇਹ ਬੰਦ ਹੋ ਚੁੱਕਿਆ, ਉੱਥੇ ਜਾ ਕੇ ਫਿਰ ਇੱਕਦਮ ਦੇਖਦੇ ਸੀ ਵੀ ਹੁਣ ਜਾਣਾ ਕਿੱਧਰ ਨੂੰ ਆ। ਅਤੇ ਇਹ ਹੁਣ ਜਿਹੜੀ ਸਾਰੀ ਟ੍ਰੇਨ ਦੀ ਸਰਵਿਸਿਜ਼ ਨੇ ਉਹ ਸਰੀ ਸੈਂਟਰਲ ਸਟੇਸ਼ਨ 'ਤੇ ਆ ਕੇ ਰੁਕ ਜਾਣਗੀਆਂ ਅਗਲੇ 6 ਹਫ਼ਤਿਆਂ ਦੇ ਲਈ। ਸੋ ਹੈ ਇਹ ਵਕਤੀ ਤੌਰ ਦੇ ਉੱਤੇ, ਪਰ ਇਹਦੇ ਨਾਲ ਕਾਫੀ ਜਿਹੜੇ ਲੋਕਾਂ ਨੂੰ ਇਹਦੇ ਉੱਤੇ ਅਸਰ ਪੈ ਰਿਹਾ ਹੈ। ਜਿਹੜਾ ਪੂਰੀ ਸਟੇਸ਼ਨ ਬੰਦ ਕੀਤਾ ਗਿਆ, ਕਈ ਵਾਰੀ ਹੁੰਦਾ ਵੀ ਰਾਤ ਨੂੰ ਬੰਦ ਆ ਜਾਂ ਦਿਨੇ ਬੰਦ ਆ, ਇਹਨੂੰ ਉਸ ਤਰੀਕੇ ਦੇ ਨਾਲ ਜਿਹੜਾ ਖੋਲ੍ਹਿਆ ਜਾਂਦਾ, ਪਰ ਇਹ ਪੂਰਾ ਹੀ ਇਹਨੂੰ ਬੰਦ ਕਰ ਦਿੱਤਾ ਗਿਆ ਹੈ। ਅਤੇ ਇਹ 6 ਹਫ਼ਤੇ ਦੇ ਲਈ ਕੁਛ ਇਹਦੇ ਨਾਲ ਅਪਗ੍ਰੇਡੇਸ਼ਨ ਵੀ ਹੋ ਰਹੀ ਆ, ਇਹਦੀ ਐਫੀਸ਼ੈਂਸੀ ਨੂੰ ਵਧਾਇਆ ਜਾ ਰਿਹਾ, ਅਤੇ ਕੁਛ ਜਿਹੜਾ ਹੈਗਾ ਉਹਦੇ ਵਿੱਚ ਕੁਛ ਪਾਰਟਸ ਇਹਨੂੰ ਰਿਪਲੇਸ ਕਰਨ ਦੇ, ਇਹਦੇ ਟਰਨ ਆਊਟ ਨੂੰ ਉਹ ਕੀਤੇ ਜਾ ਰਹੇ ਆ। ਮਕੈਨੀਕਲ ਡਿਵਾਈਸ ਆ ਉਹ ਇੱਕ ਯੰਤਰ ਆ ਕਹਿੰਦੇ ਸਟੇਸ਼ਨ ਦੇ ਵਿੱਚ ਜਿਹੜਾ ਟ੍ਰੇਨ ਨੂੰ ਗਾਈਡ ਕਰਦਾ ਆ ਕਿ ਇੱਕ ਟਰੈਕ ਤੋਂ ਦੂਜੇ ਟਰੈਕ ਦੇ ਉੱਤੇ ਕਿੱਦਾਂ ਜਾਣਾ, ਉਹ ਬਦਲਣਾ ਆ। ਅਤੇ ਜਦੋਂ ਉਹ ਬਦਲਣਾ ਆ ਤਾਂ ਫਿਰ ਉਹ ਇੱਦਾਂ ਨਹੀਂ ਸੀ ਬਦਲਿਆ ਜਾ ਸਕਦਾ ਵੀ ਰਾਤ ਨੂੰ ਬਦਲਿਆ ਜਾਵੇ ਜਾਂ ਉਹਨੂੰ ਵੀਕ ਆਫ ਡੇ ਜਿਹੜੇ ਹੈਗੇ ਆ ਵੀਕਡੇਜ਼ ਦੇ ਵਿੱਚ ਨਾ ਬਦਲਿਆ ਜਾਵੇ, ਇਸ ਤਰੀਕੇ ਨਾਲ ਕਰ ਲਿਆ ਜਾਵੇ, ਉਹਨੂੰ ਸਾਰੇ ਨੂੰ ਇਸ ਕਰਕੇ ਰਿਪਲੇਸਮੈਂਟ ਕਰਨ ਦੀ ਕੀਤੀ ਗਈ ਹੈ। ਜਿਹੜਾ ਇਸ ਟ੍ਰੇਨ ਦਾ ਸੈਕਸ਼ਨ ਆ ਉਹ ਸਭ ਤੋਂ ਪਹਿਲਾਂ ਓਪਨ ਕੀਤਾ ਗਿਆ 30 ਸਾਲ ਪਹਿਲਾਂ ਜਦੋਂ ਖੋਲ੍ਹਿਆ ਗਿਆ ਸੀ, ਉਸ ਵੇਲੇ ਤੋਂ ਹੁਣ ਤੱਕ ਇਹਦਾ ਉਹ ਅਪਗ੍ਰੇਡੇਸ਼ਨ ਹੋਈ ਨਹੀਂ। ਜਿਹੜੇ ਇਨਫਰਾਸਟ੍ਰਕਚਰ ਅਪਗ੍ਰੇਡ ਆ ਉਹ ਕਿੰਗ ਜੋਰਜ ਸਟੇਸ਼ਨ ਦੇ ਆਲੇ ਦੁਆਲੇ ਉਹ ਵੀ ਸਕੈਜੂਲ ਕੀਤੀ ਗਈ ਆ, ਜਿਹਦੇ ਵਿੱਚ ਕਿ ਜਿਹੜੀ ਕੇਬਲ ਇੰਸਟਾਲੇਸ਼ਨ ਆ, ਐਲੀਵੇਟਰ ਇੰਸਪੈਕਸ਼ਨਸ ਆ, ਐਸਟ ਰਿਪੇਅਰਸ ਆ, ਸਟੇਸ਼ਨ ਕਲੀਨਿੰਗ ਆ, ਇਹ ਸਾਰਾ ਕੁਛ ਵੀ ਉਹਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਜੋੜਿਆ ਗਿਆ ਆ। ਸੋ ਮਿਡ ਜੂਨ ਦੇ ਵਿੱਚ ਇਹਨੇ ਓਪਨ ਹੋ ਜਾਣਾ, ਇਹ ਅੰਦਾਜ਼ਾ ਲਾਇਆ ਜਾ ਰਿਹਾ। ਜਿਹੜੀਆਂ ਬੱਸਸ ਨੇ ਉਹ ਇੱਥੋਂ ਖਾਸ ਤੌਰ ਦੇ ਉੱਤੇ ਚਲਾਈਆਂ ਜਾ ਰਹੀਆਂ, ਜਿਹੜੀਆਂ ਬੱਸਸ ਨੇ ਉਹ ਕਿੰਗ ਜੋਰਜ ਸਟੇਸ਼ਨ ਤੋਂ ਚੱਲ ਰਹੀਆਂ ਨੇ। ਜਿਹੜੀ ਬੱਸ ਮਤਲਬ ਕਿੰਗ ਜੋਰਜ ਸਟੇਸ਼ਨ 'ਤੇ ਜਾ ਕੇ ਅੱਗੇ ਰੁਕ ਜਾਂਦੀ ਸੀ, ਜਿਹਦਾ ਰੂਟ ਉੱਥੇ ਐਂਡ ਹੋ ਜਾਂਦਾ ਸੀ, ਉਹ ਹੁਣ ਉੱਥੋਂ ਅੱਗੇ ਜਾਂਦੀ ਆ ਸਰੀ ਸੈਂਟਰਲ ਸਟੇਸ਼ਨ ਤੱਕ, ਮਤਲਬ ਉੱਥੇ ਨਹੀਂ ਜਾਂਦੀ ਅੱਗੇ ਜਾ ਕੇ। ਔਰ ਅਡੀਸ਼ਨਲ ਬੱਸਸ ਜਿਹੜੀਆਂ ਲਾਈਆਂ ਹਰ 15 ਮਿੰਟ ਬਾਅਦ ਕਿੰਗ ਜੋਰਜ ਸਟੇਸ਼ਨ ਅਤੇ ਸਰੀ ਸੈਂਟਰਲ ਸਟੇਸ਼ਨ ਦੇ ਵਿਚਕਾਰ ਸਵੇਰੇ 6 ਵਜੇ ਤੋਂ ਲੈ ਕੇ ਸ਼ਾਮ ਦੇ 9 ਵਜੇ ਤੱਕ ਵੀਕਡੇਜ਼ ਦੇ ਵਿੱਚ। ਔਰ ਇਹ ਵੀ ਸਿਰਫ ਤੁਹਾਨੂੰ ਪਤਾ ਕਿ 800 ਮੀਟਰ ਦੂਰ ਆ ਕਿੰਗ ਜੋਰਜ ਤੋਂ ਸਰੀ ਸੈਂਟਰਲ ਸਟੇਸ਼ਨ। ਸੋ ਬੱਸ ਰੂਟ ਨੋਰਮਲੀ ਜਿਹੜਾ ਕਿੰਗ ਜੋਰਜ ਸਟੇਸ਼ਨ ਦੇ ਉੱਤੇ ਖਤਮ ਹੋ ਜਾਂਦਾ ਸੀ ਅਤੇ ਸਟੇਸ਼ਨ ਦੇ ਉੱਤੇ ਬੱਸ ਰੁਕਦੀ ਸੀ, ਉਹਨੂੰ ਹੁਣ ਨੌਰਥ ਬਾਊਂਡ ਜਿਹੜਾ ਕਰਕੇ ਅਤੇ ਸਰੀ ਸੈਂਟਰਲ ਸਟੇਸ਼ਨ ਦੇ ਉੱਤੇ ਉਹ ਟਰਮੀਨੇਟ ਹੋਊਗਾ। ਬੱਸਸ ਜਿਹੜੀਆਂ ਕਿੰਗ ਜੋਰਜ ਸਟੇਸ਼ਨ ਦੇ ਉੱਤੇ ਰੁਕਦੀਆਂ ਆ ਉਹ ਆਪਣਾ ਜਿਹੜਾ ਰੈਗੂਲਰ ਉਹਨਾਂ ਦਾ ਸਟੋਪ ਆ ਉਹਨੂੰ ਉਸੇ ਤਰੀਕੇ ਦੇ ਨਾਲ ਮੇਨਟੇਨ ਕਰਨਗੀਆਂ। ਜਿਹੜੇ ਉੱਥੇ ਡਾਇਰੈਕਸ਼ਨਲ ਸਾਈਨੇਜਿਸ ਨੇ ਜਿਹਦੇ ਵਿੱਚ ਬੱਸ ਬੇ ਚੇਂਜਸ ਨੇ ਜਾਂ ਸਟਾਫ ਆ ਉੱਥੇ ਖਾਸ ਤੌਰ ਦੇ ਉੱਤੇ ਹੈਗੇ ਆ ਅਸਿਸਟ ਕਰਨ ਦੇ ਲਈ ਟਰੈਵਲਰਸ ਨੂੰ, ਜਿਹੜੇ ਕਸਟਮਰਸ ਨੋਰਮਲੀ ਟਰੈਵਲ ਕਰਦੇ ਆ ਸਕਾਈ ਟ੍ਰੇਨ ਸਟੇਸ਼ਨ ਕਿੰਗ ਜੋਰਜ ਤੋਂ ਸਰੀ ਸੈਂਟਰ ਸਟੇਸ਼ਨ ਦੇ ਵਿੱਚ, ਉਹਨਾਂ ਨੂੰ 15 ਕੁ ਮਿੰਟ ਥੋੜ੍ਹੇ ਜਿਹੇ ਟਰੈਵਲ ਦੇ ਐਕਸਟਰਾ ਜਿਹੜੇ ਆ ਉਹ ਲੱਗਦੇ ਆ ਅਤੇ ਉਹ ਲੈ ਕੇ ਚੱਲਣਾ ਚਾਹੀਦਾ ਆ। ਸੋ ਇਹ ਇੱਕ ਸੂਚਨਾ, ਭਾਵੇਂ ਕਿ ਬਹੁਤ ਸਾਰੀਆਂ ਸੂਚਨਾਵਾਂ ਇਹ ਪਿਛਲੇ ਸਮੇਂ ਵਿੱਚ ਸਾਂਝੀਆਂ ਕਰ ਦਿੱਤੀਆਂ ਗਈਆਂ ਸੀ,
ਪਰ ਬਾਵਜੂਦ ਇਹਦੇ ਕੁਛ ਲੋਕ ਅੱਜ ਸਵੇਰੇ ਕਿੰਗ ਜੋਰਜ ਸਟੇਸ਼ਨ ਦੇ ਉੱਤੇ ਸੀਗੇ, ਥੋੜ੍ਹੀ ਜਿਹੀ ਉਹਨਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਪਰ ਇਹ ਗੱਲ ਇੱਥੇ ਉਹਨਾਂ ਨੇ ਕਈ ਇਹਦੀਆਂ ਆਪਸ਼ਨਸ ਦੇਖੀਆਂ ਸੀ ਵੀ ਇਹਨੂੰ ਕਿਸੇ ਨਾ ਕਿਸੇ ਤਰ੍ਹਾਂ ਕਰਕੇ ਦੇਖ ਲਈਏ, ਵੀ ਰਾਤ ਵੇਲੇ ਕੰਮ ਕਰ ਲਾਂਗੇ ਜਾਂ ਇਹਨੂੰ ਕੁਛ ਹੋਰ ਕਰਕੇ ਦੇਖ ਸਕਦੇ। ਪਰ ਉਹਦੇ ਨਾਲ ਇਹ ਕਹਿੰਦੇ ਵੀ ਫਿਰ 6 ਹਫ਼ਤੇ ਦੇ ਵਿੱਚ ਨਹੀਂ ਸੀ ਖਤਮ ਹੋਣਾ, ਇਹ ਤੋਂ ਲੰਬਾ ਚੱਲਿਆ ਜਾਣਾ ਸੀ। ਸੋ ਉਹਨਾਂ ਨੇ ਇੱਕ ਵਾਰੀ ਇਹਨੂੰ ਟੋਟਲੀ ਬੰਦ ਕਰ ਲਿਆ ਅਤੇ ਥੋੜ੍ਹਾ ਜਿਹਾ ਜਿਹੜੇ ਕਿੰਗ ਜੋਰਜ ਸਕਾਈ ਟ੍ਰੇਨ ਸਟੇਸ਼ਨ 'ਤੇ ਜਾਂਦੇ ਦਾ ਉਹ ਇਸ ਗੱਲ ਦਾ ਖਿਆਲ ਰੱਖਣ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਅਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ, ਅਤੇ ਨੋਟੀਫਿਕੇਸ਼ਨ ਲਈ ਬੈੱਲ ਆਈਕਨ ਵਾਲੇ ਬਟਨ 'ਤੇ ਕਲਿੱਕ ਕਰੋ।